सिमरन रोटी लेके आई। आ गई जी, आ गई। आलो जी। प्रीत तैयार हो गई? नहीं हजी हो रही है। उन्हें कह दे फिर तैयार हो जा, मैं कॉलेज छड्डा उन्हें। ठीक है। तैयार होगी तू? हाँ जी भाभी, तैयार ही माता। चल ठीक है, तेरे बीर नु कहनी तुम छड़ दोगा फिर। ठीक है। वो मैं आ ही गया। चल प्रीत चलिए, तेरे कॉल तो लेट हो जाए फिर। ठीक है। आ देख किन्नी फिकर अपनी बहन दी, मेरी तो इन्नी फिकर कदे कीती नहीं। क्यों भाई, फिकर तो होनी है, आखिर नु बहन है मेरी। जे मेरी नंद दी इन्नी फिकर आ तो थोड़ी बहुत मेरी भी तो करया करो, थोड़ी वाइफ हां मैं। देख प्रीत, पिछले महीने जब मैं डिगी सी ए मैंने चुकन भी नहीं आई सी। अच्छा भाभी, फिर तो गल गलत है वीरे दी, चुकया कद नहीं सीगा वीरे। ओ गिरी किथे सी ए, ड्रामे करदी सी, जदों मैं ना चुकन गया जल्दी उठकड़ी पहल बन वांगू, उदों तां एवें हो गया सी वी चल चार दिन आराम कर लो। अच्छा ना हुण कौन काम करदा, मैं ही करदी आ। मैं अज तक कहया कदी मेरे नाल काम कराओ कोई, नाले आप तो फिर तुसी करोगे काम। आहो करदा मैं कोई ना काम, तू पै जा बेड ते जाके महारानी ली जा बनके। ओहो देखी किवें लड़दे ने वीरे, चल मैनू कॉलेज लेट हो रहा। ओ चल चल प्रीत, नहीं ये तो तत्ते दवे मंगू पकी जांदी है। चल ਡੈਡੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂ ਬੱਤ ਬੋਲ। ਡੈਡੀ ਪ੍ਰੀਤ ਦੀ ਸਟੱਡੀ ਵੀ ਪੂਰੀ ਹੋਣ ਵਾਲੀ ਆ, ਕਿਉਂ ਨਾ ਆਪਾਂ ਵਧੀਆ ਘਰ ਬਾਰ ਦੇਖ ਕੇ ਉਹਦਾ ਰਿਸ਼ਤਾ ਕਰ ਦੇ ਕਿਤੇ। ਓ ਹਾਂ ਪੁੱਤ, ਵਿਆਹ ਤਾਂ ਕਰਨਾ ਹੀ ਆ, ਅੱਜ ਨਹੀਂ ਤਾਂ ਕੱਲ ਨੂੰ, ਪਰ ਇੱਕ ਵਾਰ ਪ੍ਰੀਤ ਦੀ ਸਲਾਹ ਤਾਂ ਲੈ ਲਈਏ। ਓਹੋ ਪ੍ਰੀਤ ਨੂੰ ਕਿਉਂ ਪੁੱਛ ਰਿਹਾ ਡੈਡੀ, ਮੈਂ ਉਹਦੀ ਅੱਜ ਤੱਕ ਨਹੀਂ ਕੋਈ ਗੱਲ ਟਾਲੀ ਹੈਗੀ, ਮੈਨੂੰ ਪਤਾ ਹੋਣੀ ਵੀ ਮੇਰੀ ਗੱਲ ਨਹੀਂ ਟਾਲਣੀ ਹੈਗੀ, ਬਸ ਆਪਾਂ ਉਹਦੇ ਲਈ ਰਿਸ਼ਤਾ ਲੱਭਦੇ ਆ। ਓ ਹਾਂ ਹਾਂ ਪੁੱਤ, ਜੇ ਤੇਰੇ ਨਿਗਾਹ 'ਚ ਕੋਈ ਹੈਗਾ ਵਧੀਆ ਵਿਚੋਲਾ ਉਹਨੂੰ ਕਹਿ, ਉਹ ਰਿਸ਼ਤਾ ਲੱਭੂਗਾ। ਡੈਡੀ ਵਿਚੋਲਾ ਕਿਉਂ ਲੱਭਣਾ, ਬਾੜ ਵਿਚੋਲਾ ਹੈਗਾ ਤਾਂ ਸੀ, ਮੇਰਾ ਰਿਸ਼ਤਾ ਵੀ ਤਾਂ ਉਹਨੇ ਕਰਾਇਆ ਸੀਗਾ, ਵਧੀਆ ਨਾਲੇ ਭਰੋਸੇਮੰਦ ਬੰਦਾ ਆ। ਦੇਖ ਲੈ ਪੁੱਤ ਜਿਵੇਂ ਤੈਨੂੰ ਠੀਕ ਲੱਗਦਾ। ਬਾੜ ਵਿਚੋਲਾ ਡੈਡੀ ਮੈਨੂੰ ਮਿਲਿਆ ਵੀ ਸੀਗਾ, ਉਹ ਦੱਸਦਾ ਸੀ ਵੀ ਪ੍ਰੀਤ ਲਈ ਇੱਕ ਵਧੀਆ ਮੁੰਡਾ ਹੈਗਾ ਆ, ਆਪਾਂ ਜਾ ਕੇ ਉਹਨਾਂ ਦਾ ਘਰ ਬਾਰ ਦੇਖ ਆਵਾਂਗੇ। ਠੀਕ ਆ ਚੱਲ। ਚਲੋ ਠੀਕ ਆ ਡੈਡੀ। ਸੁਣੋ ਜੀ, ਤੁਸੀਂ ਬਾਹਰ ਡੈਡੀ ਨਾਲ ਖੜੇ ਕੀ ਗੱਲ ਕਰਦੇ ਸੀ? ਉਹਦਾ ਪ੍ਰੀਤ ਦੇ ਰਿਸ਼ਤੇ ਦੀ ਗੱਲ ਕਰਦੇ ਸੀ। ਪ੍ਰੀਤ ਦਾ ਰਿਸ਼ਤਾ ਹਜੇ ਕਾਹਤੋਂ, ਉਹ ਤਾਂ ਪੜ੍ਹਦੀ ਆ ਹਲੇ, ਇਹਨੂੰ ਪੜ੍ਹ ਲੈਣ ਦੋ। ਉਹ ਹਲੇ ਤਾਂ ਆਪਾਂ ਉਹਦਾ ਮੰਗਣਾ ਹੀ ਕਰਨਾ, ਕੋਈ ਨੀ ਵਿਆਹ ਥੋੜੇ ਟਾਈਮ ਤੱਕ ਹੋ ਜਾਊਗਾ। ਪਰ ਫਿਰ ਵੀ ਇੱਕ ਵਾਰ ਪ੍ਰੀਤ ਨੂੰ ਪੁੱਛ ਲਿਓ। ਉਹ ਪ੍ਰੀਤ ਨੂੰ ਹੁਣ ਕੀ ਪੁੱਛਣਾ ਆ, ਮੈਂ ਅੱਜ ਤੱਕ ਜੋ ਵੀ ਕੀਤਾ ਉਹਦੇ ਲਈ ਚੰਗਾ ਹੀ ਕੀਤਾ, ਤੇ ਅੱਗੇ ਵੀ ਜੋ ਕੁਛ ਕਰੂੰਗਾ ਚੰਗਾ ਹੀ ਕਰੂੰਗਾ। ਠੀਕ ਆ ਚਲੋ, ਮਰਜ਼ੀ ਆ ਤੁਹਾਡੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਨਾ, ਹਰ ਕੋਈ ਅੱਜ ਦੇ ਟਾਈਮ ਦੇ ਵਿੱਚ ਵਰਕ ਲੱਭ ਰਿਹਾ ਅਤੇ ਵਰਕ ਮਿਲਣਾ ਵੀ ਬਹੁਤ ਔਖਾ ਹੋਇਆ ਪਿਆ, ਕਿਉਂਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਗਈ। ਅਤੇ ਤੁਸੀਂ ਡਰੋ ਨਾ, ਮੈਂ ਤੁਹਾਨੂੰ ਘਰ ਬੈਠ ਕੇ ਵਧੀਆ ਅਰਨ ਕਰਨ ਦਾ ਤਰੀਕਾ ਦੱਸਦਾ। ਇਹ ਦੇਖੋ, ਇਹ ਆ ਵਿਨੋਮੋ ਐਪ। ਸਭ ਤੋਂ ਪਹਿਲਾਂ ਫੋਨ ਵਿੱਚ ਵਿਨੋਮੋ ਐਪ ਇੰਸਟਾਲ ਕਰਾਂਗੇ। ਐਪ ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਮੇਰੇ ਰੀਅਲ ਅਕਾਊਂਟ ਵਿੱਚ ਬੈਲੈਂਸ ਚੈੱਕ ਕਰ ਸਕਦੇ ਹੋ, 45,215। ਅਸਿਸਟ 'ਤੇ ਕਲਿੱਕ ਕਰਕੇ ਆਪਾਂ ਕੋਈ ਵੀ ਅਸਿਸਟ ਸਿਲੈਕਟ ਕਰ ਸਕਦੇ ਹਾਂ, ਜਿੱਦਾਂ ਕਿ ਮੈਂ ਪਹਿਲਾਂ ਹੀ ਕੀਤਾ ਹੋਇਆ। ਮੇਕ ਡਿਪੋਜ਼ਿਟ 'ਤੇ ਕਲਿੱਕ ਕਰਕੇ ਪੈਸਾ ਡਿਪੋਜ਼ਿਟ ਕਰ ਸਕਦੇ ਹਾਂ। ਦੇਖੋ ਵਿਨੋਮੋ ਦੀ ਸਪੋਰਟ, ਕੋਈ ਵੀ ਪ੍ਰੋਬਲਮ ਆਉਂਦੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹਾਂ। ਅਤੇ ਡਿਫਰੈਂਟ ਸਟਾਈਲ ਦੇ ਗ੍ਰਾਫ ਨੇ, ਕੋਈ ਵੀ ਸਿਲੈਕਟ ਕਰ ਸਕਦੇ ਹਾਂ। ਹੁਣ ਆਪਾਂ ਇਹਦੇ 'ਚ ਟ੍ਰੇਡ ਕਰਾਂਗੇ। ਟ੍ਰੇਡ ਕਰਨ ਲਈ ਸਭ ਤੋਂ ਪਹਿਲਾਂ ਇਨਵੈਸਟਮੈਂਟ 'ਤੇ ਕਲਿੱਕ ਕਰਾਂਗੇ ਅਤੇ 7,000 ਸਿਲੈਕਟ ਕਰ ਲਿਆ ਅਤੇ ਡਾਊਨ 'ਤੇ ਕਲਿੱਕ ਕਰਤਾ। ਡਾਊਨ 'ਤੇ ਕਲਿੱਕ ਮੈਂ ਇਸ ਲਈ ਕੀਤਾ ਕਿਉਂਕਿ ਮੈਂ ਗ੍ਰਾਫ ਐਨਲਾਈਜ਼ ਕੀਤਾ ਕਿ ਗ੍ਰਾਫ ਡਾਊਨ ਜਾਊਗਾ ਅਤੇ 7,000 ਇਨਵੈਸਟ ਕਰ ਦਿੱਤੇ ਨੇ। ਉਹ ਬੱਲੇ ਆਪਾਂ ਟ੍ਰੇਡ ਕਰਕੇ ਪੂਰੇ ਅਰਨ ਕਰ ਲਏ 12,670 ਰੁਪਏ। ਬੈਲੈਂਸ ਨੂੰ ਵਿਦਡਰਾ ਕਰਨ ਲਈ ਕਿਸੇ ਵੀ ਵਿਦਡਰਾ ਫੰਡ 'ਤੇ ਕਲਿੱਕ ਕਰਕੇ ਬਿਨਾਂ ਕਿਸੇ ਨੂੰ ਪੈਸੇ ਦਿੱਤੇ ਸਿੱਧਾ ਆਪਣੇ ਅਕਾਊਂਟ ਦੇ ਵਿੱਚ ਬੈਲੈਂਸ ਨੂੰ ਪਾ ਸਕਦੇ ਹਾਂ। ਕਿਉਂ ਹੈਗੀ ਨਾ ਗੱਲਬਾਤ, ਦੇਖੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ, ਉੱਥੋਂ ਸਾਰੇ ਜਾ ਕੇ ਡਾਊਨਲੋਡ ਕਰੋ। ਅਤੇ ਇੱਕ ਜ਼ਰੂਰੀ ਗੱਲ, ਜਿਹੜਾ ਵੀ ਡਿਸਕ੍ਰਿਪਸ਼ਨ ਦੇ ਲਿੰਕ ਤੋਂ ਡਾਊਨਲੋਡ ਕਰੂਗਾ ਉਹਨੂੰ $1,000 ਡੈਮੋ ਅਕਾਊਂਟ ਦੇ ਵਿੱਚ ਫ੍ਰੀ ਮਿਲਣਗੇ, ਜਿਹੜੇ ਕਿ ਤੁਸੀਂ ਵਿਨੋਮੋ ਐਪ ਵਿੱਚ ਯੂਜ਼ ਕਰ ਸਕਦੇ ਹੋ।
देख हरमन भाई ये आमदा सरबंध आपा तेरे ब्याह तो कुड़ी आया तो कुछ नहीं सिंक होया ना हूं तेरे चल कोई जिथे तक मैं जाना मुंडा सियाना देख पुत ये मेरा पुत 7 साल का थी जद यदि मां स्वर्गवास हो गई थी उदू बाद मही यदि माँ आ मही यदा बाप आ मेरे पुत का सू कोई अलांबा नहीं आऊगा कोई नशा पता नहीं करता ठीक है जी हाँ जी सतवंत भाई किन्ना को पढ़े हुए आप बी ए सैकेंड ईयर चा मेरे अच्छा अच्छा चलो बहुत वधिया भाई बाढ़ देखो जी इन्हों मुंडा पसंद है तो आ हम तुम भी कुड़ी की फोटो देख लो तो भाई सानू भी कुड़ी पसंद है चलो वधिया गल है जी नाले हुण जे कोई मंग मुंग हैगी जां कोई दा दू दी लोड़ा तां पहलां दा दो मैथों बार बार गेड़े नहीं भजने हाँ जी जे अपनी कोई भी मंग है ना मुंडे नूं भी तुसीं पुछ लो जे कोई मंग हैगी सानूं दस्सो अपनी देख पुत मुंडे तों की पुछणा है जिन्हें धी देती सारा कुछ देता रब दा दित्ता सारा कुछ आ साडे लवे नाले अगले साल ब्याह बस पैरस जरूर कर दे चलो फिर ठीक है जी आपां बुधवार नूं गुरु घर मत्था टेक के शगन कर दांगे ठीक है भाई जिवें थोनों ठीक लगे ठीक है जी चलो ठीक है जी चलते हैं फिर आए भाई हरी वीर जी तुसी मेरे तो बिना पूछे मेरा रिश्ता भी पक्का करता एक बारी पूछता लेंदे प्रीत जिथे तेरा मैं रिश्ता पक्का किता तू घर च राज करेंगी राज हाँ हाँ प्रीत बहुत बढ़िया रिश्ता लब्भा तेरे लिए तू तेनू फिक्र करन दी कोई लोड़ नहीं जिवें हरमन ने कहा तू उत्थे राज करेंगी ठीक है वीर जी जिवें थानू ठीक लगदा हरमन
प्रीत घर नहीं हैगी, मैं सारा घर लप लिया, कुड़ी किते नहीं दिख रही। घरे नहीं हैगी, वो इत्थे हो किते? नहीं हरमन, मैं सारा घर देख लिया, सारे कमरे देख ले, कुड़ी किते नहीं हैगी। वो फोन ला के देख ला तू, कॉलेज चली गई होनी, 9 तो बज गए। मैं तो सारा लप लिया उन्हू, घर भी देख लिया, बाहर भी लप लिया, फोन नहीं लग रहा उस कुड़ी दा, किते नहीं हैगी वो। है? फिर वो जा किधर सकती है? पता नहीं जी, मैं तो आप बहुत टेंशन हो रही है। हूं नहीं आनी प्रीत, आ की कह रहे हो लड़की तुसी? आ चिट्ठी मिली है प्रीत दे कमरे चो, मेनू ला पढ़े नू। चिट्ठी? डैडी, वीरे, पापी, मैं जा रही हूँ, तुसी मेरा पुछे बिना रिश्ता करता, मैं उत्थे खुश नहीं रह सकती, इसलिए जा रही हूँ मैं, उस नाल जो मैं खुश रखूगा, थोड़ी प्रीत। हाय रब्बा, आ की हो गया? हरमन, ये सब कुछ तेरे करके होया, मैं तेनू कहा सी ना एक बार प्रीत नू रिश्ते बारे पुछ ला। मैं भी थोनू कहा सी प्रीत नू पुछ लो एक बारी, जे तुसी उदो पुछ लेंदे ना ता आ दिन ना देखना पेंदा। जो होना सी वो हो गया, हुण उहनू कोई लभण नहीं जाऊगा, प्रीत मर चुकी अज तो अपने लई। माफ कर दो जी, मैं थोड़े मुंडे की जिंदगी रोलती, मैनू नहीं पता सी भी मेरी भैन एवं करूगी। तुने मेरे मुंडे की जिंदगी गालती, सो तो एक कुड़ी नहीं संभाली जाती, फिर लड़ता छोटे ते है जाते। हरमन, मैं अज तक जिन्हें भी रिश्ते करवाए ने यह जी कुत्ते खानी मेरे ना कदे नहीं हुई, थोड़ी कुड़ी ने अज मेरा मुंडे वाले सामने नक्क उड़वाता। देख बाट, मेरे लिए मेरी भैन मर गई, उन्हें मेरे प्यो की पग की लाज भी नहीं रखी, मैं उदा इन्ना किया पर सारे पिंड च मेरा नक् बढ़ाता, उन्होंने चाहे कोई भी माफ कर दे पर मैं नहीं कदे भी माफ करूंगा। हाय रब्बा, ये दोनों भैन भरा के रिश्ते नू पता नहीं किहदी नजर लग गई। ਸਤਿ ਸ਼੍ਰੀ ਅਕਾਲ, ਆਓ ਬੈਠੋ, ਮੈਂ ਪਾਣੀ ਲੈ ਕੇ ਆਉਂਦੀ ਹਾਂ।
ਲੈ ਉਹ ਆ ਗਿਆ ਤੇਰਾ ਵੀਰਾ। ਸਤਿ ਸ਼੍ਰੀ ਅਕਾਲ ਵੀਰੇ। ਸਿਮਰਨ ਕਹਿ ਦੇ ਇਹਨਾਂ ਨੂੰ ਵਗ ਜਾਣਗੇ ਇੱਥੋਂ। ਵੀਰੇ ਅੱਜ ਰੱਖੜੀ ਦਾ ਤਿਉਹਾਰ ਆ, ਮੈਂ ਤੁਹਾਨੂੰ ਰੱਖੜੀ ਬੰਨਣ ਆਈ ਆ। ਸਿਮਰਨ ਇਹਨੂੰ ਕਹਿ ਦੇ ਵੀ ਮੇਰੀ ਕੋਈ ਭੈਣ ਨਹੀਂ, ਜਿਹੜੀ ਭੈਣ ਮੇਰੀ ਹੈਗੀ ਸੀ ਉਹ ਕਦੋਂ ਦੀ ਮਰ ਗਈ ਮੇਰੇ ਲਈ। ਨਾ ਪ੍ਰੀਤ ਰੋ ਨਾ, ਤੇਰਾ ਵੀਰਾ ਤਾਂ ਉੱਪਰੋਂ ਗੁੱਸੇ ਆ ਨਾ, ਦਿਲ ਦਾ ਬਹੁਤ ਚੰਗਾ। ਤੂੰ ਫਿਕਰ ਨਾ ਕਰ, ਤੇਰੇ ਵੀਰੇ ਨਾਲ ਮੈਂ ਗੱਲ ਕਰੂੰ, ਉਹ ਤੈਨੂੰ ਛੇਤੀ ਬੁਲਾਉਣ ਲੱਗ ਜੂਗਾ। ਠੀਕ ਆ ਭਾਬੀ, ਅਸੀਂ ਚੱਲਦੇ ਹਾਂ। ਨਾ ਅਜੇ ਕਿਉਂ ਜਾਂਦੇ ਹੋ, ਰੁਕ ਜੋ ਹਲੇ, ਡੈਡੀ ਨੂੰ ਆ ਲੈਣ ਦੋ, ਡੈਡੀ ਨੂੰ ਮਿਲ ਕੇ ਜਾਇਓ। ਨਾ ਭਾਬੀ, ਹੁਣ ਜਦ ਤੱਕ ਵੀਰਾ ਮੈਨੂੰ ਆਪਣੀ ਭੈਣ ਨਹੀਂ ਮੰਨਦਾ ਨਾ, ਮੈਂ ਇੱਕ ਅੱਜ ਭੈਣ ਨਹੀਂ ਰੱਖਣਾ। ਭੋਗ ਸੀ ਕਿਵੇਂ ਬਾਈ? ਉਹ ਮੁੰਡਾ ਚਿੱਟਾ ਲਾਉਂਦਾ ਸੀ ਪ੍ਰੀਤ ਦੀ ਮੰਗਣੀ ਤੋਂ ਹੀ ਪਹਿਲਾਂ। ਆਪਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਜੇ ਉਸ ਟਾਈਮ ਤੇ ਤੇਰੀ ਭੈਣ ਘਰ ਛੱਡ ਕੇ ਨਾ ਜਾਂਦੀ ਤਾਂ ਅੱਜ ਉਹਦੀ ਜ਼ਿੰਦਗੀ ਤਬਾਹ ਹੋ ਗਈ ਹੋਣੀ ਸੀ। ਕਿਉਂ ਜੀ, ਲੱਗ ਗਿਆ ਪਤਾ ਹੁਣ ਆ ਜਲਦਬਾਜ਼ੀਆਂ ਚ ਕੀਤੇ ਗਏ ਫੈਸਲੇ ਦਾ ਨਤੀਜਾ ਕੀ ਹੁੰਦਾ? ਹਰਮਨ, ਜੋ ਪ੍ਰੀਤ ਨੇ ਕੀਤਾ ਭਾਵੇਂ ਉਹ ਤਰੀਕਾ ਉਹਦਾ ਗਲਤ ਸੀ, ਪਰ ਜੇ ਉਹ ਐਵੇਂ ਨਾ ਕਰਦੀ ਨਤੀਜਾ ਤੇਰੇ ਸਾਹਮਣੇ ਆਉਣਾ ਸੀ, ਫਿਰ ਤੂੰ ਆਪਣੇ ਆਪ ਨੇ ਮਾਫ਼ ਵੀ ਨਹੀਂ ਕਰ ਪਾਉਣਾ ਸੀ। ਹਾਂ ਬਾਈ, ਗੱਲ ਤਾਂ ਚਾਚਾ ਜੀ ਦੀ ਸਹੀ ਆ। ਹਰਮਨ, ਪਿਛਲੀ ਵਾਰ ਪ੍ਰੀਤ ਤੁਹਾਡੇ ਤੋਂ ਦੋ ਵਾਰ ਮਾਫ਼ੀ ਮੰਗਣ ਆਈ, ਨਾਲੇ ਰੱਖੜੀਆਂ ਦੇ ਤਿਉਹਾਰ ਤੇ ਉਹ ਰੱਖੜੀ ਲੈ ਕੇ ਆਈ, ਤੁਸੀਂ ਉਹਨੂੰ ਬੁਲਾਇਆ ਤੱਕ ਨਹੀਂ। ਚਾਹੇ ਉਹਨੇ ਸਹੀ ਕੀਤਾ ਜਾਂ ਗਲਤ, ਪਰ ਹੈ ਤਾਂ ਤੁਹਾਡੀ ਭੈਣ ਆ। ਤੇ ਅੱਜ ਫੇਰ ਰੱਖੜੀਆਂ ਦਾ ਤਿਉਹਾਰ ਆਇਆ। ਤੁਹਾਨੂੰ ਪਤਾ ਹਰਮਨ, ਆ ਰੱਖੜੀਆਂ ਦਾ ਤਿਉਹਾਰ ਰੱਬ ਨੇ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਹਮੇਸ਼ਾ ਜੋੜ ਕੇ ਰੱਖਣ ਵਾਸਤੇ ਬਣਾਇਆ, ਤੇ ਮੈਨੂੰ ਲੱਗਦਾ ਅੱਜ ਇਸ ਤਿਉਹਾਰ ਤੇ ਤੁਹਾਡੇ ਟੁੱਟੇ ਹੋਏ ਭੈਣ ਭਰਾ ਦੇ ਰਿਸ਼ਤੇ ਦਾ ਫੇਰ ਜੋੜਨ ਦਾ ਟਾਈਮ ਆ ਗਿਆ। ਪ੍ਰੀਤ, ਹਾਂਜੀ, ਮੇਰੇ ਨਾਲ ਚੱਲ ਇੱਕ ਮਿੰਟ। ਕਿੱਥੇ? ਚੱਲ ਤਾਂ ਸਹੀ, ਪਰ ਕਿੱਥੇ? ਤੈਨੂੰ ਮੈਂ ਬਹੁਤ ਵਧੀਆ ਸਰਪ੍ਰਾਈਜ਼ ਦੇਣਾ, ਤੇ ਮੇਰੇ ਨਾਲ ਚੱਲ, ਤੂੰ ਆਪਣੀ ਅੱਖਾਂ ਬੰਦ ਕਰ ਲੈ। ਵੀਰੇ ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਤੋਂ ਬਿਨਾਂ ਪੁੱਛੇ ਇਹ ਕਦਮ ਚੁੱਕ ਲਿਆ ਸੀ। ਪ੍ਰੀਤ, ਤੂੰ ਮੇਰੇ ਤੋਂ ਮਾਫ਼ੀ ਲਵਾਂਗਾ? ਮਾਫ਼ੀ ਮੈਨੂੰ ਮੰਗਣੀ ਚਾਹੀਦੀ ਤੇ ਤੂੰ, ਮੈਂ ਤੇਰੇ ਬਿਨਾਂ ਪਿੱਛੇ ਤੇਰਾ ਰਿਸ਼ਤਾ ਪੱਕਾ ਕਰਤਾ ਸੀ। ਵੀਰੇ ਮੈਂ ਤੁਹਾਡੇ ਤੋਂ ਡਰ ਕੇ ਇਹ ਕਦਮ ਚੁੱਕਿਆ ਸੀ, ਜੇ ਹੋ ਸਕੇ ਤਾਂ ਮੈਨੂੰ ਮਾਫ ਕਰ ਦਿਓ। ਕੋਈ ਨੀ ਭੈਣੇ, ਗਲਤੀਆਂ ਸਭ ਤੋਂ ਹੁੰਦੀਆਂ ਨੇ। ਪ੍ਰੀਤ,
तेरी यही गलती सी कि तू बिना पुछे कदम चक्या, पर हरमन की भी गलती सी कि तेरा बिना पुछे रिश्ता करता, तुम्हारी दोवां की गलती सी। प्रीत अज रखड़ी का त्यौहार आ, ते ओही रखड़ी आ जिहड़ी एक साल पहला तू मेरे लिए लैके आई सी, मैं तो गुस्से दे विचों बनवाई नहीं सी, लै फड़ अज मेरे यह रखड़ी बन। ਜਿਉਂਦੇ ਰਹਿ ਭੈਣੇ।